ਕੁਛ ਨੀ ਯਾਰ, ਦੁਖੀ ਹੋਇਆ ਪਿਆ ਮੈਂ। ਯਾਰ ਇਹਨੂੰ ਸਮਝਾ ਯਾਰ, ਜਨਾਨੀ ਲੜੀਦਾ ਨੀ ਪਿਆਰ ਨਾਲ ਰਹੀਦਾ। ਉਹ ਮਾਮਾ ਜਨਾਨੀ ਲੜੀਦਾ ਨੀ ਪਿਆਰ ਨਾਲ ਰਹੀਦਾ। ਪ੍ਰੋਬਲਮ ਇਹ ਹੈਗੀ ਤੁਸੀਂ ਦੋਨੋਂ ਕੁਆਰੇ ਤੇ ਮੈਂ ਹੈਗਾ ਵਿਆਹ, ਤੇ ਵਿਆਹ ਬੰਦੇ ਦੀ ਜ਼ਿੰਦਗੀ ਤੂੰ ਨਹੀਂ ਸਮਝ ਸਕਦਾ। ਕਦੇ ਕਰਦੇ ਵੀ ਕਹਿੰਦੇ ਵਿਆਹ ਕਰਾ ਲਓ, ਜ਼ਿੰਦਗੀ ਵਿਆਹ ਕਰਾਉਣ ਨਾਲ ਜ਼ਿੰਦਗੀ ਸੁਧਰਦੀ ਨਹੀਂ, ਤੁਹਾਡੀਆਂ ਆਜ਼ਾਦੀਆਂ ਖਤਮ, ਤੁਸੀਂ ਸਿਰਫ ਜਨਾਨੀਆਂ ਦੇ ਇਸ਼ਾਰੇ ਤੇ ਚੱਲ ਸਕਦੇ, ਹੋਰ ਤੁਸੀਂ ਕੁਛ ਨਹੀਂ ਕਰ ਸਕਦੇ। ਇੱਕ ਤਾਂ ਇਹਨਾਂ ਦਾ ਫੋਨ ਕਰਨਾ ਆਫਿਸ ਦੇ ਵਿੱਚ, ਮੈਨੂੰ ਤਾਂ ਨਹੀਂ ਸਮਝ ਆਉਂਦਾ ਯਾਰ ਆਫਿਸ 'ਚ ਫੋਨ ਇਹ ਕਿਉਂ ਕਰਦੀ ਹੈ, ਔਰ ਗੱਲਾਂ 'ਚੋਂ ਗੱਲ ਕੀ ਨਿਕਲਦੀ ਹੈ। ਆਪਣੇ ਖਾਣਾ ਖਾਇਆ, ਆਪਣੇ ਇਹ ਕੀਤਾ ਵੋ ਕੀਤਾ, ਯਾਰ ਦੱਸ ਦਿਓ ਜੇ ਤੂੰ ਰੋਟੀ ਭੇਜੀ ਜੇ ਸ਼ਾਮ ਨੂੰ ਖਾਲੀ ਟਿਫਨ ਆ ਰਿਹਾ ਤਾਂ ਖਾਇਆ ਹੀ ਹੈ। ਜਦੋਂ ਘਰ ਦੇ ਕੋਲ ਹੋਵੋ ਉਹਦਾ ਫੋਨ ਕਰਕੇ ਕਹਿੰਦੇ ਆ ਵੀ ਆਹ ਸਮਾਨ ਲੈ ਆਇਓ, ਵੀ ਪਹਿਲੇ ਸਵੇਰੇ ਸਾਰੀ ਦਿਹਾੜੀ ਦਾ ਮਰਿਆ ਸੀ ਮੈਸੇਜ ਨਹੀਂ ਕਰ ਸਕਦੀ, ਪਹਿਲੇ ਨਹੀਂ ਸਕਦੀ। ਪਰ ਨਹੀਂ, ਇਹਨਾਂ ਨੂੰ ਤਾਂ ਔਨ ਦਾ ਸਪੋਟ ਸਭ ਕੁਛ ਚੇਤੇ ਆਉਂਦਾ ਨਾ, ਔਨ ਦਾ ਸਪੋਟ ਸਭ ਕੁਛ। ਹੁਣ ਟਮਾਟਰ ਖਤਮ ਹੋ ਗਏ, ਹੁਣ ਆਲੂ ਪਿਆਜ਼ ਖਤਮ ਹੋ ਗਏ, ਹੁਣ ਖੀਰਾ ਖਤਮ ਹੋ ਗਿਆ, ਲਸਣ ਨਹੀਂ ਹੈਗਾ, ਟਮਾਟਰ ਨਹੀਂ ਹੈ, ਯੇ ਵੋ। ਔਰ ਜੇ ਇਹਨਾਂ ਨੂੰ ਕਹਿ ਦਿਓ ਪਿਛਲੇ ਹਫ਼ਤੇ ਤੋਂ ਲੈ ਕੇ ਤਾਂ ਇੰਨੇ ਲੈਕਚਰ ਦਿੰਦੀ ਆਈ, ਓ ਮਾਈ ਗੋਡ। ਅੱਛਾ ਤੁਹਾਨੂੰ ਬਣਾ ਕੇ ਤਾਂ ਖਵਾਇਆ ਸੀ, ਮੈਂ ਹੋਰ ਕਿਤੇ ਆਪ ਖਾ ਗਈ, ਮੈਂ ਆਪਣੀ ਮਾਂ ਨੂੰ ਖਵਾਤਾ। ਬਹਿਸ ਕਰ ਲੈਂਦੀ, ਹਰ ਗੱਲ ਦਾ ਪਤੰਗੜ ਆਉਂਦੀ, ਖਿੱਚਦੀ ਹੈ ਲਾਸਟਿਕ ਮਾਮੂ ਖਿੱਚਦੀ, ਫਿਰ ਰੁੱਸਣਾ ਰੁੱਸਣਾ ਤਾਂ ਮੈਨੂੰ ਸਮਝ ਨਹੀਂ ਆਉਂਦਾ ਪ੍ਰੋਬਲਮ ਕੀ ਹੈ ਯਾਰ। ਜੇ ਤੁਸੀਂ ਸਹੀ ਹੋ ਤਾਂ ਵੀ ਉਹਨਾਂ ਨੇ ਰੁੱਸਣਾ, ਜੇ ਤੁਸੀਂ ਗਲਤ ਹੋ ਤਾਂ ਵੀ ਰੁੱਸਣਾ। ਕਿਉਂਕਿ ਰੁੱਸਣਾ ਤਾਂ ਉਹਦੀ ਹੈਬਿਟ ਹੈ, ਉਹ ਜੇ ਰੁੱਸੇ ਉਹਨੇ ਉਹਦੀ ਰੋਟੀ ਨਹੀਂ ਪਚਣੀ। ਸੁਣ ਤੋਂ ਬਾਅਦ ਜੇ ਇਹਨਾਂ ਨੂੰ ਬਣਾਉਣਾ ਹੈ ਤਾਂ ਸਿਰਫ ਇੱਕ ਰੀਜ਼ਨ, ਸ਼ੋਪਿੰਗ ਕਰਨਾ, ਮਤਲਬ $800-900 ਦਾ ਕੁੰਡਾ ਕੱਪੜੇ ਲਿਆ ਲੈ ਕੇ ਤੂੰ ਨਹੀਂ ਜਾਂਦੀ ਪੇਪਰ ਪਾਣੇ ਨੀ, ਕੀ ਫਾਇਦਾ ਇਹੋ ਜਿਹੇ ਕੱਪੜੇ। 50 ਹੀਲਾਂ ਦੇ ਰੂਮ 'ਚ ਜਾਓ ਪਈ, ਮੇਰੇ ਕੋਲ 2 ਬੂਟ ਤੇ ਜੋੜੇ, ਮੈਂ ਉਹੀ ਪਾ ਰਿਹਾ 2 ਸਾਲ ਤੋਂ। ਇਹਦੇ ਰੂਮ 'ਚ 50 ਹੀਲਾਂ ਦੇ ਜੋੜੇ ਪਰ ਪਾਣੇ ਨਹੀਂ ਇਹਦੇ। ਜਦੋਂ ਜਾਊਗੀ ਪਾਰਟੀ ਦੀ ਤਿਆਰ ਵੇਲੇ ਮੇਰੇ ਕੋਲ ਕੱਪੜਾ ਨਹੀਂ ਹੈਗੀ। ਅੱਛਾ ਸੂਟ ਨਾਲ ਫਿਰ ਦੂਜੇ ਲੋਕਾਂ ਦੇ ਬੰਦੇ ਦਾ ਕੰਪੈਰੀਜ਼ਨ ਕਰਨ ਦਾ ਮਤਲਬ ਕੀ ਹੈ? ਫਲਾਣੇ ਦੀ ਜਨਾਨੀ ਨੇ ਉਹ ਪਾਇਆ, ਤੂੰ ਉੱਤੋਂ ਕੀ ਲੈਣਾ ਦੱਸ? ਉਹਨੇ ਪਾਇਆ, ਉਹਨੇ ਆਪਣੇ ਘਰ ਪਾਇਆ, ਉਹਨੇ ਆਪਣੇ ਲਈ ਪਾਇਆ, ਆਪਣੇ ਖਸਮ ਲਈ ਪਾਇਆ, ਪਰ ਤੂੰ ਕੀ ਉੱਤੋਂ ਲੈਣਾ? ਪਰ ਨਹੀਂ, ਉਹਨੇ ਪਾਇਆ ਤਾਂ ਮੈਂ ਵੀ ਨਹੀਂ ਉਹ ਕਲਰ ਪਾਣਾ। ਅਗਰ ਤੂੰ ਕਲਰ ਨਹੀਂ ਪਾਣਾ ਤਾਂ ਮੇਰੀ ਮਾਂ ਉਹ ਕਲਰ ਲਿੱਤਾ ਕਿਉਂ? ਜਦੋਂ ਲੈਰੀ ਸੀ ਉਦੋਂ ਤੈਨੂੰ ਪਤਾ ਨਹੀਂ ਸੀਗਾ ਵੀ ਬਲਜਿੰਦਰ ਕੌਰ ਦੀ ਕੁੜੀ ਕੋ ਵੀ ਆਈ ਸੂਟ ਹੈਗਾ, ਉਦੋਂ ਤੈਨੂੰ ਕੁਛ ਨਹੀਂ ਪਤਾ ਸੀਗਾ। ਜਦੋਂ ਘਰ ਲੈ ਕੇ ਰੱਖ ਲਿਆ, ਕੱਪੜਾ ਭਰ ਲਿਆ, ਕਲੋਜ਼ਟ ਭਰੀ ਪਈ ਹੀ ਹੀਲਾਂ ਨਾਲ, ਉਦੋਂ ਤੈਨੂੰ ਯਾਦ ਆ ਰਿਹਾ ਕਿ ਇਹ ਸੇਮ ਉਹਦੇ ਕੋਲ ਵੀ ਹੈ। ਔਰ ਜੇ ਇਹਨਾਂ ਨੂੰ ਸ਼ਾਪਿੰਗ ਤੋਂ ਮਨਾ ਕਰ ਦਿਓ, ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤਾਂ ਇਹਨਾਂ ਨੂੰ ਚਲੋ ਵੀ ਆਲਵੇਜ਼ ਬੰਦੇ ਨੂੰ ਥੱਲੇ ਲਾ ਕੇ ਰੱਖੋ। ਪਰ ਕੀ ਯਾਰ, ਠੀਕ ਹੈ ਅਸੀਂ, ਠੀਕ ਹੈ ਵਿਆਹ ਕਰਾਇਆ, ਅਸੀਂ ਵੀ ਚਾਹੁੰਦੇ ਹਾਂ ਇੱਕ ਅੰਡਰਸਟੈਂਡਿੰਗ ਹੈ ਰਿਲੇਸ਼ਨ, ਵਿਆਹ ਇੱਕ ਅੰਡਰਸਟੈਂਡਿੰਗ ਹੈ। ਕਦੀ ਮੈਂ ਹਾਰ ਮੰਨ ਲਈ, ਕਦੀ ਤੂੰ ਹਾਰ ਮੰਨ ਲਈ, ਕਦੀ ਤੂੰ ਜਿੱਤ ਲਿਆ ਮੈਂ ਜਿੱਤ ਲਿਆ, ਪਰ ਨਹੀਂ ਹੁਣ ਵੀ ਫੋਨ ਇੱਕ ਤਾਂ ਫੋਨ ਨੇ ਨਾ ਲਹੂ ਪੀਤਾ ਪਿਆ, ਫੋਨ ਤੋਂ ਬਿਨਾਂ ਤਾਂ ਜ਼ਿੰਦਗੀ ਬਹੁਤ ਸੁਖੀ ਹੈ, ਫੋਨ ਤੋਂ ਬਿਨਾਂ ਜ਼ਿੰਦਗੀ। ਅੱਗੇ ਸਟੈਪ ਤੇ ਤਾਂ ਫੋਨ ਨੇ ਪਾਏ ਹੋਏ ਆ। ਇਹਨਾਂ ਨੂੰ ਕਹਿ ਦਿਓ ਵੀ ਅਸੀਂ ਇੱਥੇ ਜਾਣਾ ਵਾ, ਰੈਡੀ ਹੋ ਜਾਓ, ਕਿਤੇ ਪਾਰਟੀ ਤੇ ਜਾਣਾ ਵਾ। ਇਹਨਾਂ ਨੂੰ 2 ਘੰਟੇ ਪਹਿਲੇ ਕੀ ਦੱਸ ਲਓ, ਤੁਸੀਂ ਹਫ਼ਤੇ ਪਹਿਲੇ ਵੀ ਦੱਸ ਲਓ, ਪਰ ਫਿਰ ਵੀ ਇਹ ਛੇਤੀ ਰੈਡੀ ਹੁੰਦੀਆਂ ਹੀ ਨਹੀਂ। ਕਿਉਂ? ਇਹਨਾਂ ਨੇ ਕਿਹੜਾ ਇੱਥੇ ਮਿਸ ਇੰਡੀਆ ਦਾ ਕੰਪੀਟੀਸ਼ਨ ਲੜਨ ਜਾਣਾ? ਇਹਨਾਂ ਨੂੰ ਕੋਈ ਪੁੱਛਿਆ ਜਾਵੇ ਉੱਥੇ ਸਿੰਪਲ ਤਿਆਰ ਹੋ ਕੇ ਨਹੀਂ ਜਾ ਸਕਦੀ? 7 ਵਜੇ ਦੀ ਪਾਰਟੀ, ਇਹਨੂੰ ਕਹੋ ਨਾ ਵੀ 7 ਵਜੇ ਅਸੀਂ ਰੈਡੀ ਹੋ ਕੇ ਜਾਣਾ ਵਾ। 7 ਵਜੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਤਿਆਰ ਹੋਣਾ ਹੀ ਸ਼ੁਰੂ 7 ਵਜੇ ਕਰਦੀ ਹੈ। ਉੱਥੇ ਰੋਟੀਆਂ ਦੇ ਚੱਕਰ ਉੱਠ ਜਾਂਦੇ, ਰੋਟੀ ਖਾਣ ਨੂੰ ਤੇ ਮਿਲਦੀ, ਸ਼ਗਨ ਵੀ ਦੇਣਾ ਤੇ ਭੁੱਖਿਆ ਤਾਂ ਪੈਂਦਾ। ਜੇ ਬੰਦਾ ਮਰ ਜਾਵੇ ਪਰ ਇਹਨਾਂ ਦਾ ਪਾਰਲਰ ਨਹੀਂ ਮੁੱਕਦਾ, ਇਹਨਾਂ ਨੂੰ ਪਾਰਲਰ ਐਵਰੀ ਵੀਕਐਂਡ ਜਾਣਾ। ਪੈਰਲਰ ਕੀ ਕਰਨਾ, ਮੈਨੀਕਿਉਰ ਪੈਡੀਕਿਉਰ, ਇਹ ਬਾਲ ਬੁਲ ਕਟਵਾਉਣੇ, ਮੈਂ ਬਾਹਰ ਖੜਾ ਧੁੱਪੇ ਵਿੱਚ ਮਰ ਰਿਹਾ ਵਾ, ਸੜ ਰਿਹਾ ਗੱਡੀ 'ਚ ਵੀ, ਆ ਜਾ ਰੈਡੀ ਹੋਈ ਚੱਲੇ। ਪਰ ਨਹੀਂ, ਇਹਨੇ ਨਹੀਂ ਆਉਣਾ। ਕਿਉਂ? ਕਿਉਂਕਿ ਉਹ ਜਨਾਨੀ, ਉਹਨੇ ਟਾਈਮ ਲਾਣਾ ਵਾ, ਟਾਈਮ ਲਾਣਾ ਤਾਂ ਇਹਨਾਂ ਦਾ ਅਧਿਕਾਰ, ਇਹਨਾਂ ਦਾ ਸੱਭਿਆਚਾਰ ਹੈ, ਉਹ ਤੋਂ ਬਿਨਾਂ ਤੈਨੂੰ ਸਰਨਾ ਨਹੀਂ। ਪਰ ਫਿਰ ਵੀ ਹਾਕ ਮਾਰ ਕੇ ਜਦੋਂ ਆਊਗੀ, ਸ਼ੀਸ਼ਾ ਖੋਲ ਕੇ ਬਹਿ ਜੂਗੀ, ਅੱਛਾ ਮੈਂ ਠੀਕ ਲੱਗ ਰਹੀ ਹਾਂ, ਵਧੀਆ ਲੱਗ ਰਹੀ ਹਾਂ, ਠੀਕ ਹੈ ਤੂੰ ਇੰਨਾ ਟਾਈਮ ਤਿਆਰ ਹੋ ਕੇ ਆਈ, ਤੂੰ ਠੀਕ ਲੱਗ ਰਹੀ ਹੈ। ਔਰ ਉਸ ਵੇਲੇ ਜੇ ਇਹਨਾਂ ਨੂੰ ਜਾਂ ਤਾਂ ਤੁਸੀਂ ਲੇਟ ਰਿਪਲਾਈ ਦਿੱਤਾ ਤਾਂ ਮਰੇ, ਜੇ ਤੁਸੀਂ ਜਲਦੀ ਰਿਪਲਾਈ ਦਿੱਤਾ ਤਾਂ ਮਰੇ, ਜਲਦੀ ਰਿਪਲਾਈ ਦਿੱਤਾ ਤਾਂ ਮਰੇ ਕਿ ਤੁਸੀਂ ਮੇਰੇ ਵੱਲ ਧਿਆਨ ਹੀ ਨਹੀਂ ਕੀਤਾ, ਤੁਸੀਂ ਇੰਨੀ ਜਲਦੀ ਕਿੱਦਾਂ ਕਹਿੰਦਾ ਮੈਂ ਠੀਕ ਲੱਗ ਰਹੀ ਹਾਂ? ਜੇ ਲੇਟ ਦਿੱਤਾ ਤੁਸੀਂ ਇੱਦਾਂ ਸੋਚਣ 'ਚ ਟਾਈਮ ਕਿਉਂ ਲਾਤਾ ਯਾਰ? ਬੰਦਾ ਜਾਵੇ ਨਾ, ਸਾਲ ਹੋਵੇ ਤਾਂ ਮਰੇ, ਸੱਚ ਜੇ ਤਾਂ ਮਰੇ ਤਾਂ ਜ਼ਿੰਦਗੀ ਹੈ।